हेलो स्टूडेंट आप सब दा एक बार फिर तो स्वागत है मेरे चैनल जीके विद आरडी सर हां जी आज assi discuss करंगे हिस्ट्री दा पार पार पार्ट 3 मैं ਤੁਹਾਡਾ ਆਪਣਾ ਰਵੀ ਸਰ सीबीएसई ਅਭੋਰ ਤੋਂ ਅੱਜ assi discuss ਕਰਨ ਵਾਲੇ ਆ ਜੀ पार्ट 3 ਇਸ ਤੋਂ ਪਹਿਲਾਂ ਮੈਂ ਇਸ ਤੋਂ ਹਿਸਟਰੀ ਦੇ ਦੋ ਪਾਰਟ ਕੰਟੀਨਿਊ ਕੀਤੇ ਸੀਗੇ ਪੋਸਟ ਕੀਤੇ ਸੀ ਬਹੁਤ ਵਧੀਆ ਰਿਸਪੌਂਸ ਸੀਗਾ ਤੇ ਪਲੀਜ਼ ਤੁਸੀਂ ਇਸ ਪਾਰਟ ਨੂੰ ਦੇਖਣ ਤੋਂ ਪਹਿਲਾਂ ਜਿਹੜੇ ਵੀ ਸਟੂਡੈਂਟ ਇਸ ਚੈਨਲ ਦੇ ਉੱਪਰ ਪਹਿਲੇ ਨਵੇਂ ਆਏ ਨੇ ਉਸ ਪਾਰਟ ਤੋਂ ਪਹਿਲਾਂ ਕੀ ਕਰੋ ਜੀ ਇਹ ਦੋ ਪਾਰਟ ਜ਼ਰੂਰ ਵੇਖ ਲਓ ਇਹਦੇ ਵਿੱਚ ਮੈਂ ਤੁਹਾਨੂੰ ਰਿਸੋਰਸਸ ਦੇ ਬਾਰੇ ਗੱਲ ਕਰ ਚੁੱਕਿਆ ਹਾਂ ਰਿਸੋਰਸਸ ਉਹ ਹੁੰਦੇ ਨੇ ਕਿ ਜਿਹੜੀ ਹਿਸਟਰੀ ਆਪਾਂ ਪੜ੍ਹਦੇ ਆਂ ਜੀ ਉਹ ਆਪਾਂ ਕਿੱਥੋਂ ਪੜਦੇ ਆ ਜਿਵੇਂ ਵੇਦ ਹੈਗੇ ਨੇ ਆਪਣੇ ਕੋਲ ਪੁਰਾਣ ਹੈਗੇ ਨੇ ਮਨੁਸਮ੍ਰਿਤੀਆਂ ਹੈਗੀਆਂ ਨੇ ਠੀਕ ਹੈ ਜੀ ਇਹਨਾਂ ਬਾਰੇ ਜਿਵੇਂ ਆਪਣੇ ਚਾਈਨੀਜ਼ ਟਰੈਵਲਰ ਨੇ ਕੁਝ ਹਿਸਟੋਰੀਕਲ ਬੁੱਕਸ ਹੈਗੀਆਂ ਨੇ ਇਹ ਸਾਰਿਆਂ ਨੂੰ ਆਪਾਂ ਰਿਸੋਰਸ ਬੋਲਦੇ ਆ ਪਹਿਲੇ ਦੋ ਵੀਡੀਓ ਸਿਰਫ ਉਹਦੇ ਬੇਸਤੀ ਹੈਗੀਆਂ ਨੇ ਤਾਂਕਿ ਜਿਹੜੇ ਕੁਐਸਚਨ ਤੁਹਾਡੇ ਉਥੋਂ ਬਣਨਗੇ ਉਹ ਤੁਹਾਡੇ ਸਾਰੇ ਕਵਰ ਹੋ ਜਾਣਗੇ ਬਾਕੀ ਡਿਟੇਲ ਦੇ ਵਿੱਚ ਨੈਕਸਟ ਲੈਕਚਰ ਤੁਹਾਡਾ ਇੰਡਸ ਵੈਲੀ ਸਿਵਲਾਈਜੇਸ਼ਨ ਹੋਏਗਾ ਉਹਨੂੰ ਆਪਾਂ ਬਾਅਦ 'ਚ ਦੇਖਾਂਗੇ ਇਸ ਤੋਂ ਪਹਿਲਾਂ ਆਪਾਂ ਜਿਹੜੇ ਥੋੜਾ ਜਿਹਾ ਉਸ ਤੋਂ ਪਹਿਲੇ ਵਾਲਾ ਜਿਹੜਾ ਟਾਈਮ ਹੈ ਨਾ ਉਸ ਨੂੰ ਆਪਾਂ ਕ ਤਾ ਆਓ ਜੀ ਆਪਾਂ ਇਸ ਲੈਕਚਰ ਨੂੰ ਸਟਾਰਟ ਕਰਦੇ ਹਾਂ ਦੇਖੋ ਜੀ ਇਸ ਦੇ ਵਿੱਚ ਕੀ ਕਹਿਣਾ ਚਾਹੁੰਦਾ ਹੈ ਕੀ ਪ੍ਰਾਗ ਇਤਿਹਾਸਿਕ ਪ੍ਰਾਗ ਇਤਿਹਾਸਿਕ ਦਾ ਮਤਲਬ ਕੀ ਹੁੰਦਾ ਮੈਂ ਤੁਹਾਨੂੰ ਥੋੜਾ ਜਿਹਾ ਇੰਗਲਿਸ਼ ਦੇ ਵਿੱਚ ਦੱਸਾਂ ਕਿ ਜਿਹੜੀ ਹਿਸਟਰੀ ਇੰਡੀਆ ਉਹਨੂੰ ਦੋ ਭਾਗਾਂ ਵਿੱਚ ਡਿਵਾਈਡ ਕਰਦੇ ਆ ਇੱਕ ਹੁੰਦੀ ਹੈ ਜੀ ਪ੍ਰੀ ਹਿਸਟਰੀ ਇੱਕ ਹੁੰਦੀ ਹੈ ਪ੍ਰੋਟੋ ਹਿਸਟਰੀ ਪ੍ਰੀ ਹਿਸਟਰੀ ਪ੍ਰੀ ਹਿਸਟਰੀ ਨੂੰ ਆਪਾਂ ਤਿੰਨ ਭਾਗਾਂ ਵਿੱਚ ਡਿਵਾਈਡ ਕਰ ਦਿੰਨੇ ਆ ਪੈਲੀਓਲਿਥਿਕ ਚੈਲੋਲਿਥਿਕ ਫਿਰ ਮੀਜ਼ੋਲਿਥਿਕ ਨਿਊਲਿਥਿਕ ਬ੍ਰੌਂਜ ਠੀਕ ਹੈ ਜੀ ਫਿਰ ਆਏਗੀ ਆਇਰਨ 에ਜ ਆਇਰਨ 에ਜ ਆਪਾਂ ਪ੍ਰੋਟੋ ਹਿਸਟਰੀ ਦੇ ਵਿੱਚ ਪੜਾਂਗੇ ਤੇ ਇਹ ਇਹ ਸਾਰੇ ਆਪਾਂ ਪੁਆਇੰਟ ਅੱਜ ਕਵਰ ਕਰ ਲੈਣੇ ਆ ਸਾਰੇ ਕਲੀਅਰ ਕਰ ਲੈਣੇ ਡिटेल ਦੇ ਵਿੱਚ ਡਿਸਕਸ ਕਰ ਲਈਏ ਠੀਕ ਹੈ ਜੀ ਇਹਦੇ ਵਿੱਚ ਦੇਖੋ ਪ੍ਰਾਗ ਇਤਿਹਾਸਿਕ ਪ੍ਰਾਗ ਇਤਿਹਾਸਿਕ ਦਾ ਮਤਲਬ ਕੀ ਹੁੰਦਾ ਜੀ ਜਿਸ ਕਾਲ ਮੇਂ ਦੇਖੋ ਜਿਸ ਕਾਲ ਮੇਂ ਮਨੁਸ਼ਿਆ ਕੀ ਘਟਨਾਵਾਂ ਦਾ ਕੋਈ ਲਿਖਿਤ ਵਰਣਨ ਨਾ ਹੋਵੇ ਹੁਣ ਦੇਖੋ ਜੀ ਆਪਣੇ ਕੋਲ ਕੀ ਹੁੰਦਾ ਜੀ ਹਿਸਟਰੀ ਪੜ੍ਹਨੀ ਆਪਣੇ ਕੋਲ ਆਪਾਂ ਪੜਾਂਗੇ ਕਿੱਥੋਂ ਆਪਣੇ ਕੋਲ ਜੇ ਲਿਖਿਤ ਰੂਪ ਦੇ ਵਿੱਚ ਕੁਝ ਹੋਵੇਗਾ ਤਾਂ ਹੀ ਆਪਾਂ ਆਪਣੀ ਹਿਸਟਰੀ ਝੋੜ ਕੇ ਪੜ੍ਹ ਸਕਦੇ ਹਾਂ ਪਰ ਆਪਣੇ ਕੋਲ ਹੈ ਹੀ ਨਹੀਂ ਉਸ ਚੀਜ਼ ਦਾ ਆਪਣੇ ਕੋਲ ਲਿਖਿਤ ਰਿਸੋਰਸ ਹੀ ਨਹੀਂ ਹੈਗੇ ਨੇ ਉਸ ਤਰ੍ਹਾਂ ਦੀ ਹਿਸਟਰੀ ਨੂੰ ਆਪਾਂ ਪ੍ਰਾਗ ਇਤਿਹਾਸਿਕੀ ਹਿਸਟਰੀ ਬੋਲਦੇ ਆਂ ਦੇਖੋ ਜੀ ਇਸ ਤਰ੍ਹਾਂ ਦੀ ਇਹ ਇਹ ਤਾਂ ਤੁਹਾਨੂੰ ਪਤਾ ਜਿਹੜੀ ਹਿਊਮਨ ਹਿਸਟਰੀ ਇੰਡੀਆ ਹੈ ਹਿਸਟਰੀ ਐਕਚੁਅਲ ਦੇ ਵਿੱਚ ਜਿਹੜਾ ਹਿਸਟਰੀ ਵਰਡ ਹੈ ਨਾ ਹੀ ਪਲੱਸ ਤੇ ਉਹਦੀ ਸਟੋਰੀ ਜਿਹੜੀਆਂ ਪਾਸਟ ਦੇ ਵਿੱਚ ਆ ਕੇ ਬੀਤੀਆਂ ਨੇ ਗੱਲਾਂ ਉਹਦੀ ਆਪਾਂ ਸਾਰਿਆਂ ਨੂੰ ਆਪਾਂ ਹਿਸਟਰੀ ਬੋਲਦੇ ਆ ਤੇ ਮਾਨਵ ਨੇ ਜਦੋਂ ਜਨਮ ਲਿਆ ਸਭ ਕੁਝ ਐਗਰੀਕਲਚਰ ਸਟਾਰਟ ਕੀਤਾ ਪੱਈਏ ਦੀ ਖੋਜ ਕੀਤੀ ਔਜ਼ਾਰ ਬਣਾਉਣੇ ਸਟਾਰਟ ਕੀਤੇ ਇਹ ਸਾਰਾ ਆਪਾਂ ਪ੍ਰੀ ਹਿਸਟਰੀ ਦੇ ਵਿੱਚ ਨਿਊਲੀਥਿਕ ਮੀਸੋਲੀਥਿਕਸ ਚੈਲੋਲੀਥਿਕ ਦੇ ਵਿੱਚ ਪੜਾਂਗੇ ਠੀਕ ਹੈ ਜੀ ਹੁਣ ਆਪਾਂ ਦੇਖੋ ਨੈਕਸਟ ਲਾਈਨ ਪੜਦੇ ਆ ਆਧ ਇਤਿਹਾਸਿਕ ਆਧਿਤੀ ਆਸੀ ਕਾਲ ਕਿਡਾ ਹੁੰਦਾ ਜੀ ਜਿਸ ਦੇ ਵਿੱਚ ਕੀ ਹੈ ਜੀ ਜਿਵੇਂ ਤੁਸੀਂ ਦੇਖੋਗੇ ਆਪਣੇ ਇੰਗਲਿਸ਼ ਵਰਡ ਹੈ ਇਹਨੂੰ ਆਪਣੇ 26 ਲੈਟਰ ਨੇ ਇਹਨੂੰ ਪੜ੍ਹਨ ਵਾਸਤੇ ਤਾਂ ਹੀ ਆਪਾਂ ਜੋੜ ਕੇ ਪੜ੍ਹਦੇ ਆ ਨਾ 26 ਲੈਟਰਾਂ ਤੋਂ ਵਰਡ ਬਣਾ ਲਏ ਨੇ ਲੈਟਰ ਤੋਂ ਫਿਰ ਸੈਂਟੈਂਸ ਬਣਦਾ ਹੈ ਇਸੇ ਤਰ੍ਹਾਂ ਆਪਣੇ ਗੁਰਮੁਖੀ ਦੇ 35 ਵਰਡ ਨੇ ਇਸ ਤਰ੍ਹਾਂ ਹੀ ਸਭਨ ਕੋਈ ਵੀ ਲੈਂਗੁਏਜ ਪੜਨ ਵਾਸਤੇ ਉਹਦੇ ਲੈਟਰ ਹੁੰਦੇ ਨੇ ਇਸੇ ਤਰ੍ਹਾਂ ਹੀ ਆਧੇਤਿਆਸਿਕ ਦੇ ਵਿੱਚ ਕੀ ਹੈ ਜੀ ਸਾਡੇ ਕੋਲ ਲਿਖਤੀ ਡਾਟਾ ਤਾਂ ਹੈਗਾ ਪਰ ਹੁਣ ਆਪਾਂ ਕੀ ਕਰ ਸਕਦੇ ਹਾਂ ਜੀ ਅਜੇ ਤੱਕ ਡੀਕੋਡਿੰਗ ਨਹੀਂ ਕਰ ਪਾਏ ਕੋਡਿੰਗ ਡੀਕੋਡਿੰਗ ਨਹੀਂ ਹੋਈ ਰੀਜ਼ਨਿੰਗ ਉੱਥੇ ਫੇਲ ਹੋ ਗਈ ਤਾਂ ਕਰਕੇ ਉਸ ਨੂੰ ਆਪਾਂ ਅਜੇ ਤੱਕ ਪੜ ਨਹੀਂ ਸਕੇ ਉਸ ਤਰ੍ਹਾਂ ਦੇ ਇਤਿਹਾਸ ਨੂੰ ਆਪਾਂ ਕੀ ਬੋਲਦੇ ਹਾਂ ਜੀ ਆਧੇਤਿਆਸੀ ਕਾਲ ਬੋਲਦੇ ਹਾਂ ਤੇ ਇਸ ਦੇ ਵਿੱਚ ਸਮਝ ਆ ਗਿਆ ਹੋਵੇਗਾ ਕਿਉਂਕਿ ਇਹ ਕਿਉਂ ਨਹੀਂ ਪੜ ਗਏ ਇਹਦਾ ਐਗਜ਼ਾਮਪਲ ਇਹ ਹੈ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਜਿਹੜੀ ਲੈਂਗੁਏਜ ਹੈ ਨਾ ਉਹਦੇ ਵਿੱਚ 400 ਪਲੱਸ ਐਡੇ ਜਿਹੜ ਅੱਜ ਤੱਕ ਰਿਕਾਰਡ ਨਹੀਂ ਹੋ ਪਾਈ ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ ਹੁਣ ਆਪਾਂ ਦੇਖਦੇ ਹਾਂ ਜੀ ਨੈਕਸਟ ਪੁਆਇੰਟ ਜਿਹੜਾ ਆਪਣਾ ਹੈਗਾ ਗਿਆਨੀ ਮਾਨਵ ਗਿਆਨੀ ਮਾਨਵ ਨੂੰ ਆਪਾਂ ਕੀ ਬੋਲਦੇ ਹਾਂ ਜੀ ਹੋਮੋ ਸੈਂਪੀਅਨ ਸਾਇੰਟਿਫਿਕ ਲੈਂਗੁਏਜ ਦੇ ਵਿੱਚ ਆਪਾਂ ਹੋਮੋ ਸੈਂਪੀਅਨਸ ਬੋਲਦੇ ਹਾਂ ਇਸ ਦਾ ਮਤਲਬ ਕੀ ਹੈ ਜੀ ਅਸ ਤੋਂ ਧਰਤੀ ਦੇ ਜਿਹੜਾ ਇਹ ਜਿਹੜਾ ਇਨਸਾਨ ਹੈ ਇਹ ਧਰਤੀ ਦੇ ਉੱਪਰ ਕਦੋਂ ਆਇਆ ਸੀਗਾ 30000 ਸਾਲ ਜਾਂ 40000 ਸਾਲ ਪਹਿਲੇ ਇੱਥਾ ਇਹ ਧਰਤੀ ਦੇ ਉੱਪਰ ਇਹਨੇ ਆਪਣਾ ਜਨਮ ਜੀਵਨ ਸਟਾਰਟ ਕੀਤਾ ਸੀ ਐਜ਼ ਅ ਮਾਨਵ ਦੇ ਰੂਪ ਦੇ ਵਿੱਚ ਠੀਕ ਹੈ ਜੀ ਪਹਿਲਾਂ ਬੰਦਰ ਸੀਗਾ ਹੁ ਹੁੰਦਾ ਕੀ ਹੈ ਜੀ ਜਦੋਂ ਇਹਨੇ ਆਪਣਾ ਲਾਈਫ ਸਟਾਈਲ ਲਾਈਫ ਸਟਾਰਟ ਕੀਤੀ ਸੀ ਉਦੋਂ ਕੀ ਕਰਦਾ ਸੀ ਇਹ ਸ਼ਿਕਾਰ ਖੇਡਦਾ ਹੁੰਦਾ ਸੀਗਾ ਉਦੋਂ ਕਿਹੜਾ ਟਾਈਮ ਸੀਗਾ ਪੈਲੀਓਲਿਥਿਕ ਪੈਲੀਓਲਿਥਿਕ ਦਾ ਮਤਲਬ ਕੀ ਹੈ ਜੀ ਮੈਂ ਤੁਹਾਨੂੰ ਦੱਸਦਾ ਐਨਸੀਆਰਟੀ ਦੀ ਤੁਸੀਂ ਹਿਸਟਰੀ ਪੜ੍ਹਨਾ ਸਟਾਰਟ ਕਰੋਗੇ ਨਾ ਉਹਦੇ ਵਿੱਚ ਇੱਕ ਐਗਜ਼ਾਮਪਲ ਹੈ ਕਿ ਇੱਕ ਸ਼ੁਰੂ-ਸ਼ੁਰੂ ਦੇ ਵਿੱਚ ਤੁਹਾਨੂੰ ਇਹ ਤਾਂ ਪਤਾ ਵੀ ਸ਼ਿਕਾਰ ਖੇਡਦਾ ਹੁੰਦਾ ਸੀ ਜੋ ਉੱਗ ਗਿਆ ਉਹਨੇ ਖਾ ਲੈਣਾ ਜੋ ਪੱਤੇ ਐ ਫਲ ਫਰੂਟ ਇਹ ਹੀ ਚੀਜ਼ਾਂ ਖਾਂਦਾ ਹੁੰਦਾ ਸੀਗਾ ਜਾਂ ਕੋਈ ਜਾਨਵਰ ਆ ਗਿਆ ਉਹਨੂੰ ਮਾਰ ਕੇ ਖਾ ਲੈਣਾ ਤਾਂ ਇਹ ਹੁੰਦਾ ਕੀ ਹੈ ਜੀ ਇਹ ਸਟਾਰਟਿੰਗ ਕਿੱਦਾਂ ਹੁੰਦੀ ਹੈ ਇਹ ਕਿ ਹੁੰਦਾ ਜੀ ਉਹਨਾਂ ਦੇਖੋ ਜਿਵੇਂ ਪਹਿਲਾਂ ਇਹਦਾ ਜਬੜਾ ਛੋਟਾ ਹੁੰਦਾ ਸੀ ਜਿਹੜਾ ਆਪਣਾ ਇਹ ਮੈਂਡੀਬਲ ਜਿਹਨੂੰ ਆਪਾਂ ਮੈਂਡੀਬਲ ਜਬੜਾ ਹੁੰਦਾ ਨਾ ਇਹਨੂੰ ਮੈਂਡੀਬਲ ਬੋਲਦੇ ਆ ਇਹ ਮੂਵਿੰਗ ਪਾਰਟ ਹੈ ਆਪਣਾ ਬੋਡੀ ਦਾ ਤੇ ਉੱਪਰ ਜਿਹੜਾ ਸਕਲ ਹੁੰਦਾ ਜਿਹੜਾ ਦਿਮਾਗ ਹੈ ਉਹਨੂੰ ਸਕਲ ਬੋਲਦੇ ਆ ਇਹ ਛੋਟਾ ਹੁੰਦਾ ਸੀਗਾ ਜਬੜਾ ਵੱਡਾ ਹੁੰਦਾ ਸੀਗਾ ਤੇ ਇਹਦੇ ਦੰਦ ਵੀ ਵੱਡੇ ਵੱਡੇ ਹੁੰਦੇ ਸੀਗੇ ਤਾਂ ਕਿ ਤਾਂਕੀ ਕੀ ਹੋਵੇ ਜਿਹੜਾ ਪੁਰਾਣੀ ਟਾਈਮ ਦੇ ਵਿੱਚ ਜਿਹੜਾ ਜਾਨਵਰਾਂ ਨੂੰ ਮਾਰ ਕੇ ਖਾਣਾ ਇਸ ਤਰ੍ਹਾਂ ਨਾਲ ਇਸੇ ਤਰ੍ਹਾਂ ਹੀ ਤਾਂ ਹੀ ਖਾਂਦਾ ਹੁੰਦਾ ਸੀਗਾ ਠੀਕ ਹੈ ਜੀ ਹੁਣ ਇਸ ਤਰ੍ਹਾਂ ਇਸ ਇਸ ਇਨਸਾਨ ਨੇ ਕੀ ਕੀਤਾ ਜੀ ਹੌਲੀ ਹ ਕੀ ਨੇ ਮੈਂਟੋਸ ਕਾਲੀ ਉਸ ਤੋਂ ਬਾਅਦ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਪੂਰਵ ਪੂਰਵ ਪਸ਼ਾਨ ਕਾਲ ਪੂਰਵ ਪਸ਼ਾਨ ਕਾਲ ਦਾ ਮਤਲਬ ਕੀ ਹੈ ਜੀ ਇਹਦੇ ਵਿੱਚ ਪੂਰਵ ਪਸ਼ਾਨ ਕਾਲ ਦਾ ਮਤਲਬ ਹੁਣ ਮੈਂ ਤੁਹਾਨੂੰ ਦੱਸਦਾ ਜਿਹੜੀ ਐਨਸੀਆਰਟੀ ਐਗਜ਼ਾਮਪਲ ਦੇ ਰਹੀ ਸੀ ਸੌਰੀ ਉਹਦੀ ਐਨਸੀਆਰਟੀ ਐਗਜ਼ਾਮਪਲ ਦੇਣਾ ਇਹਦਾ ਜਿਹੜਾ ਪੱਥਰ ਇਹਨਾਂ ਦਾ ਦੋਸਤ ਕਿਵੇਂ ਬਣਿਆ ਤੁਸੀਂ ਦੇਖੋਗੇ ਇਹ ਜਦੋਂ ਸ਼ਿਕਾਰ ਖੇਡ ਰਿਹਾ ਸੀ ਇਹਦੇ ਸ਼ਿਕਾਰ ਦੇ ਮਗਰ ਗਿਆ ਸੀ ਤੇ ਇਹਨੇ ਕੁਦਰਤੀ ਸ਼ਿਕਾਰ ਛੋਟੇ ਜਾਨਵਰ ਦਾ ਕਰਨਾ ਸੀ ਤੇ ਇਹ ਕੁਦਰਤੀ ਸ਼ਿਕਾਰ ਕੀ ਕਹਿੰਦੇ ਸ਼ਿਕਾਰ ਸ਼ੇਰ ਦਾ ਸ਼ਿਕਾਰ ਕਿਉਂਕਿ ਜਾਨਵਰ ਦਾ ਨੂੰ ਪਤਾ ਹੀ ਨਹੀਂ ਸੀਗਾ ਵੀ ਇਹ ਸ਼ੇਰ ਹੈ ਇਹ ਤਾਂ ਸਾਨੂੰ ਪਤਾ ਪਰ ਇਹਨੂੰ ਨਹੀਂ ਪਤਾ ਸੀ ਇਹ ਉਹਦੇ ਨਾਲ ਸਾਹਮਣੇ ਜਾਂਦਾ ਹੈ ਪਰ ਸ਼ੇਰ ਉਹਦੇ ਮਗਰ ਪੈ ਜਾਂਦਾ ਉਹਨੂੰ ਪਤਾ ਵੀ ਇਹਦੇ ਹੱਥ ਤਾਂ ਆ ਨਹੀਂ ਰਿਹਾ ਸ਼ੇਰ ਇਹ ਤੇ ਮਗਰ ਪੈ ਗਿਆ ਉਹਨੇ ਕੀ ਕਰਦਾ ਪੱਥਰਾਂ ਤੋਂ ਅੱਜ ਕੇ ਥੱਲੇ ਡਿੱਗ ਜਾਂਦਾ ਤੇ ਪੱਥਰਾਂ ਉਹੀ ਜਿਹੜਾ ਪੱਥਰ ਤੋਂ ਥੱਲੇ ਡਿੱਗਿਆ ਸੀ ਉਹੀ ਚੱਕ ਕੇ ਨੇ ਸ਼ੇਰ ਦੇ ਮਾਰੇ ਸ਼ੇਰ ਦੇ ਕੁਦਰਤੀ ਵੱਜਿਆ ਤੇ ਸ਼ੇਰ ਭੱਜ ਗਿਆ ਤੇ ਇਹਨੇ ਕੀ ਕਰਨ ਗਿਆ ਜੀ ਪੱਥਰ ਇਹਦਾ ਉਸ ਤੋਂ ਬਾਅਦ ਦੋਸਤ ਬਣ ਗਿਆ ਉਸ ਤੋਂ ਬਾਅਦ ਇਹ ਇਨਸਾਨ ਦਾ ਫਿਰ ਲਿਥਿਕ ਪੀਰੀਅਡ ਸਟਾਰਟ ਹੋ ਜਾਂਦਾ ਐਸੀ ਲਿਥਿਕ ਪੀਰੀਅਡ ਨੂੰ ਆਪਾਂ ਤਿੰਨ ਭਾਗਾਂ ਚ ਡਿਵਾਈਡ ਕਰਾਂਗੇ ਪੈਲੀਓਲਿਥਿਕ ਚੈਲੋਲਿਥਿਕ ਫਿਰ ਮੀਜ਼ੋਲਿਥਿਕ ਨਿਊਲਿਥਿਕ ਇਹ ਸਾਰੇ ਆਪਾਂ ਇਸ ਦੇ ਲਿਥਿਕ ਲਿਥਿਕ ਆਪਾਂ ਗੱਲ ਕਰਦੇ ਹਾਂ ਜੀ ਪੂਰਵ ਪਸ਼ਾਨ ਕਾਲ ਪੂਰਵ ਪਸ਼ਾਨ ਕਾਲ ਦਾ ਮਤਲਬ ਕੀ ਹੈ ਪੈਲੀਓlithic ਦੀ ਗੱਲ ਕਰ ਰਹੇ ਜਿਸ ਦੇ ਵਿੱਚ ਕੀ ਸੀਗਾ ਇਹ ਸ਼ਿਕਾਰ ਖੇਡਦਾ ਸੀਗਾ ਗੁਫਾਵਾਂ ਦੇ ਵਿੱਚ ਰਹਿੰਦਾ ਸੀਗਾ ਸ਼ਿਕਾਰ ਮਾਰਨ ਜਾਂਦਾ ਸੀਗਾ ਘਰੇ ਜਿਹੜੀ ਘੜਦੀਆਂ ਸੀ ਪਿੱਛੇ ਛੱਡ ਜਾਂਦੇ ਸੀ ਉਸ ਤੋਂ ਬਾਅਦ ਕਹਿੰਦੇ ਸੀ ਆਪਣੇ ਸ਼ਿਕਾਰ ਖੇਡਣ ਚਲਾ ਜਾਂਦਾ ਸੀਗਾ ਉਹ ਤੋਂ ਸ਼ਿਕਾਰ ਮਾਰ ਕੇ ਜਿੱਥੇ ਬਹਿ ਗਿਆ ਖਾ ਲੈਣਾ ਠੀਕ ਹੈ ਜੀ ਉਹ ਚੀਜ਼ਾਂ ਇਹਦੇ ਵੀ ਚਲਦੀਆਂ ਹੁੰਦੀਆਂ ਸੀ ਉਸ ਤੋਂ ਬਾਅਦ ਕੀ ਹੁੰਦਾ ਜੀ ਅੱਗ ਦੀ ਖੋਜ ਅੱਗ ਦੀ ਖੋਜ ਕੀ ਹੈ ਜੀ ਜਿਹੜਾ ਹੁਣ ਇਹ ਜਾਨਵਰ ਨੂੰ ਮਾਰ ਕੇ ਖਾਣੇ ਖਾਂਦੇ ਹੁੰਦੇ ਸੀ ਉਦੇ ਬਾਰੇ ਗੱਲ ਕਰਦੇ ਆਂ ਆਗ ਜਿਹੜਾ ਅੱਗ ਦਾ ਅਵਿਸ਼ਕਾਰ ਹੈ ਨਾ ਇਹ ਪੂਰਾ ਪਸ਼ਾਨ ਕਾਲ ਦੇ ਵਿੱਚ ਹੋਇਆ ਹੈ ਪੂਰਾ ਪਸ਼ਾਨ ਕਾਲ ਦਾ ਮਤਲਬ ਕੀ ਹੈ ਜੀ ਆ ਜਿਹੜਾ ਜਿਹੜਾ ਲਿਥਿਕ ਪੀਰੀਅਡ ਦੇ ਵਿੱਚ ਹੈ ਲਿਥਿਕ ਪੀਰੀਅਡ ਜਦੋਂ ਇਹਨੇ ਸ਼ਿਕਾਰ ਤੋਂ ਬਾਅਦ ਪੈਲੋਲਿਥਿਕ ਜਿਹੜਾ ਹੈ ਉਹਨੂੰ ਆਪਾਂ ਪੂਰਾ ਪਸ਼ਾਨ ਕਾਲ ਬੋਲਦੇ ਆਂ ਇਹਦੇ ਵਿੱਚ ਕੀ ਹੈ ਜੀ ਪਹੀਏ ਦੀ ਜਿਹੜੀ ਖੋਜ ਹੈ ਇਹ ਨਿਊ ਲੀਥਿਕ ਦੇ ਵਿੱਚ ਨਿਊ ਲੀਥਿਕ ਦੇ ਵਿੱਚ ਇਹਨੀ ਸਟਾਰਟਿੰਗ ਕੀਤੀ ਹੈ ਕਿ ਉਸ ਤੋਂ ਬਾਅਦ ਇਹਦਾ ਟਰਾਂਸਪੋਰਟੇਸ਼ਨ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਈਜ਼ੀ ਹੋ ਗਿਆ ਸੀਗਾ ਹੁਣ ਸੋਚ ਕੇ ਦੇਖੋ ਜਿਸ ਦਿਨ ਇਹਨੇ ਲੀਥਿਕ ਵਰਡ ਸਮਝਿਆ ਸੀ ਜਦੋਂ ਇਹਨੇ ਪਹੀਏ ਦੀ ਖੋਜ ਕੀਤੀ ਹੋਣੀ ਹੈ ਇਹਦੇ ਲਈ ਤਾਂ ਉਹ ਸਕੂਟਰ ਕੀ ਸੀਗਾ ਇਹ ਤਾਂ ਉਹਦੇ ਲਈ ਕੀ ਬੁਲੇਟ ਬਣ ਗਿਆ ਹੋਣਾ ਤੇ ਠੀਕ ਹੈ ਜੀ ਉਸ ਤੇ ਇੰਨੀ ਵਧੀਆ ਫੀਲਿੰਗ ਆਈ ਹੋएगी ਨਾ ਵੀ ਇੱਕ ਥਾਂ ਤੋਂ ਗੇੜੀ-ਗੁੜੀ ਮਾਰਨ ਗਏ ਹੋਣੇ ਉਸ ਤੋਂ ਬਾਅਦ ਦੇਖੋ ਆਪਾਂ ਗੱਲ ਕਰਦੇ ਆ ਜੀ ਮਨੁਸ਼ਿਆ ਮੇਂ ਸਥਾਈ ਨਿਵਾਸ ਕੀ ਪ੍ਰਵਤੀ ਅਛਾ ਸਥਾਈ ਨਿਵਾਸ ਦਾ ਮਤਲਬ ਕੀ ਹੁੰਦਾ ਹੈ ਸਥਾਈ ਨਿਵਾਸ ਦਾ ਮਤਲਬ ਹੁੰਦਾ ਹੈ ਕਿ ਇੱਕ ਥਾਂ ਤੇ ਟਿਕ ਕੇ ਰਹਿਣਾ ਸਟਾਰਟ ਕਰਤਾ ਇੱਕ ਥਾਂ ਦੇ ਹੁਣ ਦੇਖੋ ਇਹ ਕਦੋਂ ਰਹੇਗਾ ਜਦੋਂ ਸ਼ਿਕਾਰ ਖੇਡ ਰਿਹਾ ਉਦੋਂ ਤਾਂ ਇਹ ਟਿਕ ਨਹੀਂ ਰਹਿ ਸਕਦਾ ਜਦੋਂ ਸ਼ਿਕਾਰ ਨਹੀਂ ਖੇਡ ਰਿਹਾ ਇੱਕ ਥਾਂ ਤੇ ਐਗਰੀਕਲਚਰ ਕਰਨਾ ਸਟਾਰਟ ਕੀਤਾ ਇਹਨੇ ਇਹ ਸਾਰਾ ਕੰਮ ਇਹਨੇ ਨਵ ਪਸ਼ਾਨ ਗਾਲ ਦੇ ਵਿੱਚ ਮਤਲਬ ਨਿਊ ਲੀਥਿਕ ਪੀਰੀਅਡ ਦੇ ਵਿੱਚ ਕੀਤਾ ਉਦੋਂ ਇਹਨੇ ਸਥਾਈ ਇੱਕ ਥਾਂ ਤੇ ਟਿਕ ਕੇ ਰਹਿਣਾ ਸਟਾਰਟ ਕਰਤਾ ਉਸ ਤੋਂ ਬਾਅਦ ਕੀ ਹੁੰਦਾ ਹੈ ਕੁੱਤੇ ਨੂੰ ਪਹਿਲਾ ਫਾਲਤੂ ਜਾਨਵਰ ਬਣਾ ਲਿਆ ਨਹੀਂ ਠੀਕ ਪੁੱਛਿਆ ਵੀ ਜਾਂਦਾ ਹੈ ਉਸ ਤੋਂ ਬਾਅਦ ਦੇਖੋ ਮਨੁਸ਼ਿਆ ਨੇ ਸਭ ਤੋਂ ਪਹਿਲਾਂ ਤਾਂਬੇ ਦੀ ਦਾਤੂ ਕੀ ਖੋਜ ਗਿਆ ਉਹਨੇ ਤਾਂਬਾ ਸਭ ਤੋਂ ਪਹਿਲਾਂ ਯੂਜ਼ ਕੀਤਾ ਸੀ ਤਾਂਬੇ ਤੋਂ ਬਾਅਦ ਹੀ ਆਪਣਾ ਜਿਹੜੀ ਤਾਂਬਾ ਤੇ ਇੱਕ ਵਾਰੀ ਯੂਜ਼ ਕਰੇਗਾ ਜਦੋਂ ਤਾਂਬਾ ਮੈਟਲ ਦੇ ਨਾਲ ਯੂਜ਼ ਕਰ ਰਿਹਾ ਹੈ ਜਦੋਂ ਤਾਂਬਾ ਹੈ ਨਾ ਇਹ ਪੱਥਰਾਂ ਦੇ ਨਾਲ ਯੂਜ਼ ਕਰੇਗਾ ਉਸ ਪੀਰੀਅਡ ਨੂੰ ਆਪਾਂ ਬੋਲਾਂਗੇ ਚੈਲੋਲਿਥਿਕ ਚੈਲੋਲਿਥਿਕ ਪੀਰੀਅਡ ਕਿਨੂੰ ਬੋਲਦੇ ਆ ਇਹ ਤਾਂਬੇ ਦੇ ਨਾਲ ਜਦੋਂ ਪੱਥਰਾਂ ਦੇ ਟੂਲ ਵੀ ਯੂਜ਼ ਕਰ ਰਿਹਾ ਹੈ ਤਾਂਬਾ ਵੀ ਯੂਜ਼ ਕਰ ਰਿਹਾ ਉਸ ਨੂੰ ਆਪਾਂ ਚੈਲ ਕਿਉਂਕਿ ਜਿਹੜਾ ਤਾਂਬਾ ਹੁੰਦਾ ਨਾ ਇਹ ਬਾਅਦ 'ਚ ਜਾ ਕੇ ਕੀ ਕਰੇਗਾ ਇਹਦੇ ਨਾਲ ਹੋਰ ਐਲੀਮੈਂਟ ਲੱਭਣਗੇ ਉਸ ਨੂੰ ਮਿਲਾ ਕੇ ਫਿਰ ਬ੍ਰੌਂਜ਼ ਏਜ ਆ ਜਾਏਗੀ ਉਹ ਮੈਂ ਤੁਹਾਨੂੰ ਅੱਗੇ ਡਿਸਕਸ ਕਰਦਾ ਹੁਣ ਕੀ ਹੁੰਦਾ ਕੀ ਹੈ ਜੀ ਜਿਹੜਾ ਉਸਨੇ ਜਿਹੜਾ ਹੁਣ ਪਹਿਲਾ ਦਾਤੂ ਜਿਹੜੀ ਪਹਿਲਾ ਟੂਲ ਇੰਨੇ ਚ ਕਿਹੜਾ ਬਣਾਇਆ ਸੀ ਜਿਹੜਾ ਕੋਪਰ ਤੋਂ ਬਣਾਇਆ ਉਹਦਾ ਨਾਮ ਸੀਗਾ ਕੁਲਾੜੀ ਕੁਲਾੜੀ ਆਪਾਂ ਨੂੰ ਅਤੀ ਪ੍ਰਕਮ ਦੇ ਨਾਂਥੋ ਇੱਕ ਆਪਾਂ ਨੂੰ ਇੱਕ ਥਾਂ ਹੈਗੀ ਆ ਤਮਿਲਆਡੂ ਦੇ ਕਰਨਾਟਕਾ ਸਾਈਡ ਗੋਦਾਵਰੀ ਨਦੀ ਦੇ ਕੰਡੇ ਦੇ ਉੱਪਰ ਮਿਲਿਆ ਆਪਾਂ ਨੂੰ ਇਹ ਤੁਸੀਂ ਬਹੁਤ ਡਿਟੇਲ ਦੇ ਵਿੱਚ ਜਾ ਕੇ ਪੜੋਗੇ ਫਿਰ ਤੁਹਾਨੂੰ ਇਸ ਚੀਜ਼ ਇਹ ਚੀਜ਼ਾਂ ਦਾ ਆਪਾਂ ਇੰਡ ਸਿਵਿਲਾਈਜੇਸ਼ਨ ਦੇ ਵਿੱਚ ਪੜਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਖੇਤੀ ਦਾ ਜਿਹੜਾ ਖੇਤੀ ਜਿਹੜਾ ਖੇਤੀ ਦਾ ਜਿਹੜਾ ਨੇ ਕੰਮ ਕੀਤਾ ਸੀ ਸਟਾਰਟ ਕੀਤਾ ਸੀ ਇਹ ਨਵ ਪੁਸ਼ਾਨ ਕਾਲ ਦੇ ਮਤਲਬ ਨਿਊ ਲੀਥਿਕ ਪੀਰੀਅਡ ਦੇ ਵਿੱਚ ਨੇ ਖੇਤੀ ਕਰਨਾ ਸਟਾਰਟ ਕੀਤਾ ਸੀਗਾ ਉੱਥੇ ਇਹਨੇ ਅੱਗ ਦੀ ਖੋਜ ਕਰ ਲਈ ਉਸ ਤੋਂ ਬਾਅਦ ਇਹਨੇ ਪਈਏ ਦੀ ਵੀ ਤੇ ਉਸ ਤੋਂ ਬਾਅਦ ਇਹਨੇ ਅਨੁਤਪਾਦਕ ਬਣ ਗਿਆ ਮਤਲਬ ਜਿਹੜਾ ਜਿਹੜਾ ਕੋਈ ਵੀ ਜਿਹੜੀ ਕਿਉਂਕਿ ਇਹਨੂੰ ਪਤਾ ਲੱਗ ਗਿਆ ਸੀ ਨਾ ਵੀ ਬੀਜ ਬੋਣ ਦੇ ਨਾਲ ਫਲ ਦੁਬਾਰਾ ਆਇੰਦ ਨੇ ਇੱਕੋ ਥਾਂ ਤੇ ਰਹਿਣਾ ਪੈਂਦਾ ਸਾਨੂੰ ਜਿਹੜੀ ਗੁਮਕੜ ਲਾਈਫ ਹੈ ਉਹ ਬੰਦ ਹੋ ਗਈ ਸੀ ਠੀਕ ਹੈ ਜੀ ਤੇ ਇਹ ਜਿਹੜੇ ਆਪਾਂ ਨੂੰ ਇਸ ਤੋਂ ਬਾਅਦ ਹੁਣ ਆਪਾਂ ਨੂੰ ਪੁੱਛਿਆ ਜਾਂਦਾ ਵੀ ਜਿਹੜੇ ਰਾਈਸ ਹੈ ਨਾ ਰਾਈਸ ਰਾਈਸ गेहूं ਇਹਦੇ ਸਾਖ ਆਪਾਂ ਸਭ ਤੋਂ ਪਹਿਲਾਂ ਕਦੋਂ ਮਿਲੇ ਸੀ ਹੁਣ ਯਾਦ ਰੱਖਿਆ ਜੇ 8000 ਬੀਸੀ ਪਹਿਲਾਂ ਇਹ ਇਹਦੇ ਸ਼ਾਕਸ ਤੋਂ ਸਾਨੂੰ ਮਿਲੇ ਸੀ ਮਹਿਰਗੜ ਪਲੇਸ ਹੈਗਾ ਜੀ ਕਿੱਥੇ ਪਾਕਿਸਤਾਨ ਦੇ ਬਲੋਚਿਸਤਾਨ ਵਾਲੇ ਏਰੀਆ ਦੇ ਵਿੱਚ ਬਲੋਚਿਸਤਾਨ ਏਰੀਆ ਦੇ ਵਿੱਚ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਇਹਨੇ ਜਿਹੜੀ ਕ੍ਰਿਸ਼ੀ ਦੇ ਵਿੱਚ ਪਣਾਈ ਗਈ ਸਭ ਤੋਂ ਪ੍ਰਾਚੀਨ ਫਸਲ गेहूं ਸੀਗੀ ਠੀਕ ਹੈ ਜੀ गेहूं ਤੇ ਜੋ ਦੋ ਫਸਲਾਂ ਸੀਗੀਆਂ ਰਾਈਸ ਤਾਂ ਬਾਅਦ ਵਿੱਚ ਸਾਨੂੰ ਪਤਾ ਲੱਗਿਆ गेहूं ਤੇ ਜੋ ਹੈਗੀ ਸੀ ਠੀਕ ਹੈ ਜੀ ਹੁਣ ਤੁਸੀਂ ਉਸ ਤੋਂ ਬਾਅਦ ਯਾਦ ਰੱਖੋ ਪੱਲਾਵਰਮ ਨਾਮਕ ਇੱਕ ਸਥਾਨ ਸੀਗਾ ਜਿੱਥੇ ਇਹਦੇ ਕੀ ਸੀਗਾ ਇਹਦੇ ਸਾਰੇ ਜਿਹੜੇ ਪੁਰਾਤਿਸ਼ਾਨ ਕਾਲ ਦੀ ਕਲਾਕਰਤियां ਸਾਨੂੰ ਦੀ ਖੋਜ ਮਿਲੀ ਹੈ ਇਹ ਪਲਾਵਰਮ ਜਿਹੜਾ ਤਮਿਲਆਡੂ ਦੀ ਸਾਈਡ ਤੇ ਇੱਕ ਪਲੇਸ ਹੈਗਾ ਉਦੋਂ ਤੁਸੀਂ ਯਾਦ ਰੱਖਣਾ ਉਸ ਤੋਂ ਬਾਅਦ ਇਹ ਚੀਜ਼ ਹੋਰ ਹੋਰ ਦੇਖੋ ਜੀ ਭਾਰਤ ਕੇ ਪੂਰਬ ਪਰਸਤਰ ਯੁੱਗ ਕੇ ਅਧਿਕਾਰ ਉਹ ਜਾਕ ਸਟਫਿਕ ਸਟਫਿਕ ਦਾ ਮਤਲਬ ਹੁੰਦਾ ਹੈ ਛੋਟੇ-ਛੋਟੇ ਪੱਥਰਾਂ ਤੋਂ ਮਿਲਾ ਕੇ ਜਿਹੜੇ ਟੂਲ ਬਣਾਏ ਸੀ ਉਹਨਾਂ ਨੂੰ ਸਟਫਿਕ ਬੋਲਿਆ ਜਾਂਦਾ ਹੈ ਯਾਦ ਰੱਖਣਾ ਜੀ ਪੱਥਰਾਂ ਤੋਂ ਪਹਿਲੇ ਇਹਨੇ ਟੂਲ ਬਣਾਨੇ ਸਟਾਰਟ ਕੀਤੇ ਸੀ ਹੁਣ ਮੈਂ ਤੁਹਾਨੂੰ ਅਗਲੀ ਜਿਹੜੀ ਡਾਇਗਰਾਮ ਦਿਖਾਉਂਗਾ ਨਾ ਵੀਡੀਓ ਜਿਹੜਾ ਫੋਟੋ ਦਿਖਾਵਾਂਗਾ ਉਹਦੇ ਵਿੱਚ ਤੁਹਾਨੂੰ ਮੀਸੋਲਿਥਿਕ ਪੈਲੀਓਲਿਥਿਕ ਚੈਲੋਲਿਥਿਕ ਇਹ ਸਾਰਾ ਮੈਂ ਤੁਹਾਨੂੰ ਦੱਸੂਗਾ ਠੀਕ ਹੈ ਜੀ ਅੱਛਾ ਭਾਰਤ ਦਾ ਸਭ ਤੋਂ ਪ੍ਰਾਚੀਨ ਨਗਰ ਕਿਹੜਾ ਸੀ ਮੋਹਨਜੋਦੜੋ ਸੀਗਾ ਤੇ ਸਿੰਧੀ ਭਾਸ਼ਾ ਦੀ ਯੂਜ਼ ਕੀਤੀ ਸੀ ਇਹਨੂੰ ਆਈ ਹੋਪ ਕਿ ਤੁਹਾਨੂੰ ਇਹ ਸਾਰਾ ਸਮਝ ਆ ਗਿਆ ਹੋਵੇਗਾ ਹੁਣ ਆਪਾਂ ਹਾਂਜੀ ਸਟੂਡੈਂਟ ਹੁਣ ਦੇਖੋ ਇੱਥੇ ਇਹ ਕਹਿ ਰਿਹਾ ਜੀ ਪ੍ਰੀ ਹਿਸਟਰੀ ਪ੍ਰੀ ਹਿਸਟਰੀ ਦਾ ਮਤਲਬ ਕੀ ਸੀਗਾ ਪ੍ਰੀ ਹਿਸਟਰੀ ਨੂੰ ਤਿੰਨ ਭਾਗਾਂ ਡਿਵਾਈਡ ਕੀਤਾ ਸੀ ਕਿਹੜੀ ਸੀ ਪੈਲੀਓਲਿਥਿਕ ਮੀਸੋਲਿਥਿਕ ਨਿਊਲਿਥਿਕ ਤੇ ਬ੍ਰੌਂਜ਼ੇਜ ਫਿਰ ਆ ਗਿਆ ਆਇਰਨ 에ਜ ਹੁਣ ਤੁਸੀਂ ਦੇਖੋ ਪੈਲੀਓ ਦਾ ਮਤਲਬ ਹੁੰਦਾ ਹੈ 올ਡ 올ਡ ਉਸ ਤੋਂ ਬਾਅਦ ਲਿਥਿਕ ਦਾ ਮੈਂ ਤੁਹਾਨੂੰ ਦੱਸਦਾ ਸਟੋਨ ਤੇ ਇਸ ਤੋਂ ਬਾਅਦ ਦੇਖੋ ਇਹਨੇ ਕੀ ਕੀਤਾ ਸੀ ਪਹਿਲੇ ਸਟੋਨ ਦੇ ਨਾਲ ਆਪਣੇ ਗੁਫਾ ਦੇ ਵਿੱਚ ਰਹਿੰਦਾ ਸੀ ਪੱਥਰੇ ਦਾ ਦੋਸਤ ਬਣਿਆ ਮੈਂ ਤੁਹਾਨੂੰ ਦੱਸਿਆ ਸੀਗਾ ਪਹਿਲੇ ਇਹਨੇ ਵੱਡੇ ਵੱਡੇ ਟੂਲ ਬਣਾਏ ਸੀ ਉਸ ਤੋਂ ਬਾਅਦ ਜਦੋਂ ਥੋੜਾ ਤੇ ਕਹਿੰਦੇ ਨਾ ਮੰਟੋਸ ਖਾ ਲਈ ਉਸ ਤੋਂ ਬਾਅਦ ਦਿਮਾਗ ਆਉਣ ਦੇ ਵਿੱਚ ਤੇ ਉਸ ਤੋਂ ਉਦੋਂ ਕੀ ਕਰਦਾ ਛੋਟੇ-ਛੋਟੇ ਫਲਕ ਚਿਪਸ ਐਦਾਂ ਨਾਮ ਦੇ ਨਾ ਕਈ ਛੋਟੇ-ਛੋਟੇ ਟੂਲ ਬਣਾਏਗਾ ਇੱਥੇ ਨਹੀਂ ਦਿੱਤੇ ਹੋਏ ਤੁਸੀਂ ਹਾਇਰ ਕਲਾਸੇਜ ਜੇ ਹੋਰ ਡੀਪਲੀ ਪੜੋਗੇ ਨਾ ਤਾਂ ਇਹ ਤੁਸੀਂ ਮੀਜ਼ੋਲੀਥਿਕ ਪੈਲੀਓਲੀਥਿਕ ਦੇ ਬਾਰੇ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਹੈਗਾ ਪਰ ਇੱਥੇ ਆਪਣੇ ਲਈ ਇੰਨਾ ਇੰਪੋਰਟੈਂਟ ਹੈਗਾ ਕਿਉਂਕਿ ਆਪਾਂ ਨੂੰ ਜਸਟ ਇੰਨਾ ਹੀ ਪਤਾ ਹੋਣਾ ਚਾਹੀਦਾ ਵੀ ਮੀਜ਼ੋਲੀਥਿਕ ਦਾ ਮਤਲਬ ਕੀ ਹੁੰਦਾ ਸੀ ਛੋਟੇ-ਛੋਟੇ ਟੂਲ ਬਣਾਨੇ ਸਟਾਰਟ ਕੀਤੇ ਸੀਗੇ ਤੇ ਨਿਊਲੀਥਿਕ ਦੇ ਵਿੱਚ ਇੰਨੇ ਐਗਰੀਕਲਚਰ ਸਟਾਰਟ ਕਰਤੀ ਸੀ ਤੇ ਉਸ ਤੋਂ ਬਾਅਦ ਇੱਕ ਥਾਂ ਤੇ ਟਿੱਕੇ ਰਹਿਣਾ ਸਟਾਰਟ ਕਰਤਾ ਸੀ ਫਿਰ ਪਹੀ ਇਹ ਨਿਊ ਲੀਥਿਕ ਪੀਰੀਅਡ ਦੇ ਵਿੱਚ ਹੋਇਆ ਸੀਗਾ ਉਸ ਤੋਂ ਬਾਅਦ ਤੁਹਾਨੂੰ ਪਤਾ ਸੀਗਾ ਵੀ ਇੰਨੇ ਕਾਪਰ ਦੀ ਵੀ ਖੋਜ ਕਰ ਲਈ ਸੀ ਕਾਪਰ ਫਿਰ ਇਹਨੇ ਟੂਲ ਦੇ ਨਾਲ ਯੂਜ਼ ਕਰਨ ਲੱਗ ਗਿਆ ਸੀ ਕੁਹਾੜੀ ਬਣਾ ਲਈ ਸੀ ਉਸ ਤੋਂ ਬਾਅਦ ਕੀ ਹੁੰਦਾ ਜੀ ਹੁਣ ਬ੍ਰੌਂਜ ਬ੍ਰੌਂਜ ਇਹ ਜਿਹੜਾ ਬ੍ਰੌਂਜ ਵਰਡ ਹੈ ਨਾ ਬ੍ਰੌਂਜ ਦਾ ਮਤਲਬ ਤੁਹਾਨੂੰ ਕੁਐਸਚਨ ਕੀ ਪੁੱਛਿਆ ਜਾਏਗਾ ਇੱਕ ਵਰਡ ਹੁੰਦਾ ਜੀ ਬਰਾਸ ਇੱਕ ਹੁੰਦਾ ਬ੍ਰੌਂਜ ਬਰਾਸ ਦੇ ਵਿੱਚ ਕੀ ਹੁੰਦਾ ਹੈ ਬ੍ਰਾਸ ਤੇ ਬ੍ਰੌਂਜ਼ ਆਪਾਂ ਫਰਕ ਕੀ ਹੁੰਦਾ ਦੋਨਾਂ ਦੇ ਵਿੱਚ ਕੋਪਰ ਹੈ ਕੋਪਰ ਤਾਂ ਦੋਨਾਂ ਦੇ ਵਿੱਚ ਹੈ ਪਰ ਜਿੱਥੇ ਬ੍ਰਾਸ ਹੈ ਨਾ ਉਹਦੇ ਵਿੱਚ ਕੀ ਹੋਏਗਾ ਜ਼ਿੰਕ ਜ਼ਿੰਕ ਤੇ ਕੋਪਰ ਨੂੰ ਮਿਲਾ ਕੇ ਬੰਦਾ ਹੈ ਬ੍ਰਾਸ ਇਹ ਯਾਦ ਰੱਖਣਾ ਸੈਂਟੀਫਿਕ ਤੁਹਾਡਾ ਇੱਕ ਕੁਐਸਚਨ ਹੈ ਤੁਹਾਨੂੰ ਮੈਂ ਦੱਸਦਾ ਉਸ ਤੋਂ ਬਾਅਦ ਜਿਹੜਾ ਬ੍ਰੌਂਜ਼ ਹੈ ਇਹਦੇ ਵਿੱਚ ਜੈਡ ਲਿਖਿਆ ਹੈ ਜੈਡ ਦਾ ਮਤਲਬ ਹੈ ਕਿ ਕੋਪਰ ਦੇ ਨਾਲ ਇਹਦੇ ਨਾਲ ਕੀ ਆਏਗਾ ਟਿਨ ਇੱਥੇ ਜ਼ਿੰਕ ਨਹੀਂ ਆਏਗਾ ਤੇ ਟਿਨ ਆਏਗਾ ਤੇ ਬ੍ਰੌਂਜ਼ ਏ ਇਸ ਦੇ ਵਿੱਚ ਕੀ ਸੀਗਾ ਕੋਪਰ ਤੁਹਾਨੂੰ ਪਤਾ ਹੈ ਹਿਊਮਨ ਬੋਡੀ ਦੇ ਨਾਲ ਕਾਫੀ ਰਿਐਕਸ਼ਨ ਕਰਦਾ ਹੈ ਇਸ ਚੀਜ਼ ਨੂੰ ਰੋਕਣ ਵਾਸਤੇ ਇਹਨਾਂ ਨੇ ਕੀ ਕੀਤਾ ਜ਼ਿੰਕ ਨੂੰ ਮਿਲਾਤਾ ਉਸੇ ਟਾਈਮ ਜ ਉਸ ਜਿਹੜਾ ਹੁਣ ਦੋ ਚੀਜ਼ਾਂ ਨੂੰ ਮਿਕਸ ਕਰਕੇ ਜਿਹੜੀ ਜੀ ਬੰਦੀ ਉਹਨੂੰ ਆਪਾਂ ਕੀ ਬੋਲਦੇ ਆ ਅਲੋਏ ਬੋਲਦੇ ਆ ਮਿਕਸਚਰ ਆਪਾਂ ਕੈਮੀਕਲ ਦੇ ਵਿੱਚ ਬੋਲਦੇ ਆ ਪਰ ਜੇ ਆਪਾਂ ਦੋ ਧਾਤੂਆਂ ਨੂੰ ਆਪਸ ਦੇ ਵਿੱਚ ਫਿਰ ਮਿਲਾ ਦਈਏ ਉਸਨੂੰ ਆਪਾਂ ਅਲੋਏ ਬੋਲਦੇ ਆ ਠੀਕ ਹੈ ਜੀ ਅਲੋਏ ਮਿਲਾ ਕੇ ਇਹਨੇ ਕੀ ਕੀਤਾ ਜੀ ਕਾਪਰ ਤੇ ਟਿਨ ਆਪਸ ਦੇ ਵਿੱਚ ਮਿਲਾਤੇ ਬ੍ਰੌਂਜੇਜ ਬਣ ਗਈ ਬ੍ਰੌਂਜੇਜ ਤੁਹਾਨੂੰ ਹੁਣ ਆਪਾਂ ਤੁਸੀਂ ਦੇਖੋਗੇ ਇੰਡਸ ਸਿਵਲਾਈਜੇਸ਼ਨ ਜਿਹੜੀ ਸਾਰੀ ਹੈ ਇਹ ਬ੍ਰੌਂਜੇਜ ਦੇ ਵਿੱਚ ਹੈਗੀ ਸੀ ਉਸ ਤੋਂ ਬਾਅਦ ਆਇਰਨ ਹੁਣ ਤੁਸੀਂ ਅੱਗੇ ਦੇਖੋ ਜਦੋਂ ਇੰਡਸ ਸਿਵਲਾਈਜੇਸ਼ਨ ਖਤਮ ਹੋਏਗੀ ਫਿਰ ਇਹਨਾਂ ਮਗਧ ਮਗਧ ਇਹ ਵਾਲੇ 16 ਜਨਪਦ ਤੁਹਾਡੀ ਤੁਸੀਂ ਵੇਖਿਆ ਹੋਣਗੇ ਸਾਰੇ ਪੜੋਗੇ ਉਹਦੇ ਵਿੱਚ ਆਇਰਨ ਦੀ ਖੋਜ ਹੁੰਦੀ ਹੈ ਉਸ ਤੋਂ ਇਨਸਾਨ ਕੀ ਕਰਦਾ ਜੀ ਕਾਫੀ ਟੂਲ ਵਗੈਰਾ ਇਹਨਾਂ ਚੀਜ਼ਾਂ ਦੇ ਵਿੱਚ ਰਾਜੇ ਦੀ ਵੈਲਿਊ ਪੈ ਜਾਂਦੀ ਹੈ ਉਸ ਚੀਜ਼ਾਂ ਵੱਲ ਆਪਾਂ ਪੜਨੇ ਆਂ ਆਈ ਹੋਪ ਕਿ ਤੁਹਾਨੂੰ ਇਹ ਸਾਰਾ ਸਮਝ ਆ ਗਿਆ ਹੋਵੇਗਾ ਤੇ ਪਲੀਜ਼ ਜਿਨ੍ਹਾਂ ਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਇੱਕ ਪਹਿਲਾਂ ਤਾਂ ਲਾਈਕ ਜ਼ਰੂਰ ਕਰ ਦਿਓ ਹਰ ਵੀਡੀਓ ਨੂੰ ਆਪਣੇ ਫਰੈਂਡਸ ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਬਾਕੀ ਸਟਡੀ ਮਟੀਰੀਅਲ ਵਾਸਤੇ ਤੁਸੀਂ ਕੀ ਕਰੋ ਜੀ ਜਿਹੜਾ ਮੇਰਾ ਨੰਬਰ ਹੈ 94634 08862 ਇਸ ਨੰਬਰ ਦੇ ਉੱਪਰ ਤੁਸੀਂ ਮੈਨੂੰ ਸਟੱਡੀ ਮਟੀਰੀਅਲ ਲਿਖ ਕੇ ਮੈਸੇਜ ਕਰ ਦਿਓ ਤਾਂ ਕਿ ਤੁਹਾਨੂੰ ਗਰੁੱਪ ਦੇ ਵਿੱਚ ਐਡ ਕੀਤਾ ਜਾਏਗਾ ਤੇ ਉਹਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੇ ਯੂਪੀਐਸਸੀ ਦਾ ਮਟੀਰੀਅਲ ਹੋਵੇ ਪਲੇਸ ਪੰਜਾਬ ਦਾ ਕੋਈ ਵੀ ਹੈ ਐਸਐਸਸੀ ਦਾ ਬੈਂਕ ਦਾ ਹੈ ਸਾਰੇ ਤੁਹਾਨੂੰ ਸਟੱਡੀ ਮਟੀਰੀਅਲ ਤੁਹਾਨੂੰ ਇੱਕੋ ਸਪੋਰਟ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਤੁਸੀਂ ਮੈਨੂੰ ਦੱਸ ਸਕਦੇ ਹੋ ਤੇ ਥੈਂਕ ਯੂ ਫॉर ਵਾਚਿੰਗ ਮਾਈ ਲੈਕਚਰਸ ਵਾਂਸ ਅਗੇਨ